ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਸਾਰਿਆਂ ਨੂੰ ਵਧੀਆ ਹੋਊਗੀ। ਨਵੀਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ, ਰੈਡੀ ਹੋ ਗਏ ਵੀ ਬਾਹਰ ਰੋਟੀ ਖਾਣੀ, ਰੋਟੀ ਖਾ ਕੇ ਕੰਮ ਪਰ ਨਿਕਲ ਜਾਣਾ। ਅਤੇ ਕੱਲ੍ਹ ਆਪਾਂ ਨੇ ਖਿੜਕੀਆਂ ਦਰਵਾਜ਼ੇ ਸਾਰੇ ਠੋਕ ਦਿੱਤੇ ਤੇ ਬਾਈ ਦਿਲਿਆਂ ਵਾਲਾ ਦਰਵਾਜ਼ਾ ਰਹਿ ਗਿਆ ਵੀ ਇੱਕ। ਬਾਈ ਦੇ ਰੂਟਰ ਮੰਗਵਾਇਆ ਤਾ, ਉਹਨੂੰ ਪਹਿਲਾਂ ਰੂਟਰ ਘੁੰਮਣਾ ਹੈ ਜਿਹੜੇ ਮਲੀਦਾਂ ਮਿਲਾਇਆ ਕਰਦੇ ਆਪਾਂ, ਉਹ ਤੋਂ ਬਾਅਦ ਪੱਲਾ ਠੋਕਣਾ ਉਹ, ਅਤੇ ਉਹ ਪੱਲਾ ਵੀ ਠੋਕ ਦੂੰਗੇ। ਅਤੇ ਆਪਾਂ ਪੱਲਿਆਂ ਦਾ ਸਾਰਿਆਂ ਦਾ ਗਜਾਂ ਗੁਜਾਂ ਦਾ ਸਾਈਜ਼ ਲੈ ਲਿਆ ਤਾ, ਅਤੇ ਅੱਜ ਗਜ ਗੁਜ ਤਿਆਰ ਕਰੂੰਗੇ। ਗਜ ਗੁਜ ਤਿਆਰ ਕਰਕੇ ਪਾਚੋ ਆਰੀਆਂ ਕੱਢੀਆਂ ਹੋਊਗੇ, ਅਤੇ ਨਾਲੇ ਜਿਹੜੇ ਪੱਲੇ ਦੇ ਗਜ ਹੋਊਗੇ ਉਹਨੂੰ ਨਿਸ਼ਾਨ ਲਾ ਕੇ ਸਾਈਡ ਪਰ ਰੱਖੀ ਹੋਊਗੀ, ਗੁਣੀਆਂ ਘੁੰਮਾ ਕੇ ਗੁਟਕਾ ਲਾ ਕੇ, ਫਿਰ ਚੂੜਾਂ ਚਾੜਾਂ ਚੀਰ ਕੇ ਉਹਨਾਂ ਦੀਆਂ ਕਟਿੰਗ ਕਰਕੇ ਆਪਾਂ ਗੁੱਜੇ ਲੱਗਦੇ ਹੋ ਜਾਣੇ ਫਿਰ ਆਪਣੇ। ਬਸ 2 ਜਾਂ 3 ਦਿਨ ਦਾ ਕੰਮ ਹੋਰ ਆ, ਗੁੱਜਾਂ ਦਾ ਕੰਮ ਪੁੱਜ ਜਾਣਾ ਫਿਰ, ਅਤੇ ਬਾਕੀ ਰੋਟੀ ਖਾਂਦੇ ਆ, ਕੰਪਰ ਚੱਲਦੇ ਆ, ਕੰਪਰ ਮਿਲਦੇ ਜਾ ਕੇ ਫਿਰ। ਕੰਪਰ ਪਹੁੰਚ ਗਏ ਆਪਾਂ, ਨਾਲਾ ਕੜਾ ਇੰਨਾ ਕੰਮ ਚੱਲਦਾ ਨਹੀਂ ਹੈਗਾ, ਉੱਥੇ ਬਾਈ ਰਾਂ ਹੀ ਜਾਂਦੇ ਤਿੰਨ ਜਾਣੇ, ਅਤੇ ਵਿੱਗੀ ਨੂੰ ਨਾਲੇ ਲਿਆਂਦਾ ਆਪਾਂ ਨੇ, ਅਤੇ ਮੈਂ ਆਰੀ ਤੀਖੀ ਕਰਕੇ ਆਰੀਆਂ ਕੱਢਦਾ ਇਹਨੂੰ ਖਿੜਕੀਆਂ ਨੂੰ, ਅਤੇ ਗਜ ਗੁਜ 'ਚ ਵੱਢ ਕੇ ਰੱਖੇ ਤੇ ਰਾਤ, ਇਹ ਚੀਰਨੇ ਆ, ਉਹ ਚੀਰਨੇ 2 ਇੰਚੀ ਵਾਲੇ ਜਿਹੜੇ ਖਿੜਕੀਆਂ ਵਾਲਾ ਗਜ ਆ, ਆਹ ਦਰਵਾਜ਼ਿਆਂ ਵਾਲੇ ਆ, ਅਤੇ ਨਾਲੇ ਆ ਜਿਹੜੇ 2 ਫੁੱਟੇ ਪੇ ਮੂਹਰੇ ਇਹ ਦਿਲਿਆਂ ਵਾਲੇ ਪੱਲੇ ਦੇ ਆ, ਉਹ 4.25 ਦੇ ਆ, ਅਤੇ ਜਿਹੜੇ ਜਾਲੀ ਵਾਲੇ ਦਰਵਾਜ਼ੇ ਉਹਦੇ 2.5 ਇੰਚੀ ਦੇ ਆ, ਖਿੜਕੀਆਂ ਦੇ 2 ਇੰਚੀ ਦੇ ਆ, ਕਟਰ ਬੰਨ ਲੈਂਦੇ ਉਰੇ, ਅਤੇ ਮਾੜੇ ਨਿਸ਼ਾਨ ਜਿਹੇ ਲੱਗ ਦੇਖ ਲੈਂਦੇ ਕਿੰਨੇ ਕੁ ਪੀਸ ਚਾਹੀਦੇ, ਕਿੰਨੇ ਕੁ ਫੱਟੇ ਚੀਰਨੇ ਆਪਾਂ ਨੇ, ਅਤੇ ਉਸ ਹਿਸਾਬ ਨਾਲ ਫਿਰ ਗੇਚ ਨੂੰ ਕੱਢ ਲੂੰਗੇ ਮਾਲ, ਰੰਦਰ ਉਂਦਰ ਲਉਂਗੇ, ਅਤੇ ਆਪਾਂ ਨੂੰ ਆਰੀਆਂ ਕੱਢਣ ਨੂੰ ਇੱਕ ਉਹ ਚਾਹੀਦਾ ਅੱਡਾ, ਅਤੇ ਮੈਂ ਸੋਚ ਰਿਹਾ ਜਿਹੜੀ ਖਿੜਕੀਆਂ ਪਈਆਂ ਖਿੜਕੀਆਂ ਨੂੰ ਉੱਧਰ ਨੂੰ ਕਰ ਦਿੰਦੇ ਉਰੇ ਨੂੰ ਸਾਈਡ ਵੱਲੋਂ, ਉਰੇ ਖਿੜਕੀਆਂ ਜੀ ਫਰੇਮ ਰੱਖ ਕੇ ਨਾ, ਦੋ ਕੁ ਉਹਦੇ ਉੱਪਰ ਰੱਖ ਕੇ ਆਰੀਆਂ ਕੱਢੀਆਂ ਦੇ, ਉਹ ਬਾਲ ਨਹੀਂ ਖੁੱਲ੍ਹਾ ਹੋਣਾ ਉੱਧਰ ਦੇ ਓਏ। ਜੱਜ ਆਪਣੇ ਗਜ ਗੁਜ ਤਿਆਰ ਹੋ ਗਏ, ਆਰੀਆਂ ਨਿਕਲ ਗਈਆਂ, ਅਤੇ ਗਜਾਂ ਨਿਸ਼ਾਨ ਲੱਗ ਗਏ, ਚੂੜਾਂ ਚੀਰ ਹੋ ਗਈਆਂ ਗਜਾਂ ਦੀਆਂ, ਕੱਲੂ ਆਪਣੇ ਗੁੱਜੇ ਲੱਗ ਜਾਣੇ ਫਿਰ, ਕੱਲੂ ਗੁੱਜੇ ਲੱਗ ਜਾਣੇ ਸਾਰੇ ਦਿਨ 'ਚ ਪੱਲਿਆਂ ਨੂੰ, ਜਿੰਨੇ ਵੀ ਹੈਗੇ ਪੱਲੇ ਸਾਰੇ ਇਹ। ਔਰ ਨੀਲੇ ਜਿਹੇ ਪੈਪ ਵਾਲਾ ਜਿਹੜਾ ਇੱਧਰ ਨੂੰ ਪੈਪ ਆਉਂਦਾ, ਬਲ ਤਾਂ ਕੱਢ ਲਿਆ ਇਹਦੇ ਪਿੱਛੇ ਦੇ, ਬਲ ਕੱਢ ਬਲ ਇਹਦਾ ਯਾਰ, ਥੱਲੇ ਤੱਕ ਥੱਲੇ ਤੱਕ ਥੱਲੇ ਤੱਕ ਪੈਪ ਨੂੰ, ਗਜ ਪੂਰੇ ਹੋ ਗਏ ਆਪਣੇ ਸਾਰੇ, ਜਿੰਨੇ ਨਿਸ਼ਾਨ ਲੱਗਣੇ ਤੇ ਗਜਾਂ ਨੂੰ ਲਾਤੇ ਦੇ ਆ, ਬਸ ਵੱਢ ਹੋਣੇ ਆ, ਵੱਢ ਕੇ ਰੰਦ ਹੋਣੇ ਆ, ਫਿਰ ਚੀਰ ਹੋਣੇ ਆ, ਫਿਰ ਗੇਚ ਨਿਕਲਣੇ ਆ, ਅਤੇ ਬਾਕੀ ਪਾਰੀ ਦੇਖੀ ਕਰਦੇ ਆ, ਆਰੀਆਂ ਕੱਢਦੇ ਖਿੜਕੀਆਂ ਨੂੰ, ਦਰਵਾਜ਼ਿਆਂ ਨੂੰ ਬਾਅਦ 'ਚੋਂ ਕੱਢੂਗੇ, ਪਹਿਲਾਂ ਖਿੜਕੀਆਂ ਨੂੰ ਕੱਢਦੇ, ਖਿੜਕੀ ਜ਼ਿਆਦਾ ਆਪਣੇ ਪੱਲਿਆਂ ਨੂੰ ਵਾਰੀ ਨਿਕਲ ਗਈਆਂ, ਆ ਰਹੇ ਵੀ 3 ਕੂਲਰ ਵਾਲੇ, ਅਤੇ ਉਹ 4 ਰੋਸ਼ਨਦਾਨ ਪਏ ਆ, ਅਤੇ ਬਾਕੀ ਆ ਪੱਲੇ ਪਏ ਸਾਰੇ, ਬਾਕੀ ਗਜ ਹੋ ਗਏ ਵੇ ਆ ਪੱਲਿਆਂ ਦੇ ਖਿੜਕੀਆਂ ਵਾਲੇ, ਇਹ ਕਰਤਾ ਵੀ ਪਹਿਲਾਂ ਇਹਨਾਂ ਨੇ, ਉਹਦੇ ਬਾਅਦ ਹੁਣ ਆ ਦਿਲਿਆਂ ਨਾਲ ਕੱਢੂੰਗੇ, ਅਤੇ ਜਿਹੜੇ ਜਾਲੀ ਵਾਲੇ ਦਰਵਾਜ਼ੇ ਆ ਉਹਨਾਂ ਦੇ ਗਜ ਕੱਢੂੰਗੇ, ਲਾਈਟ ਨਹੀਂ ਹੈਗੀ, ਲਾਈਟ ਲੰਘੀ ਵੀ ਹੈ।
ਆ ਵਿੱਕੀ ਮੋਟਰ ਕਿਧਰ ਬੰਦ ਹੁੰਦੀ ਮਸ਼ੀਨ ਇਹ ਅਪਰ ਬੰਦ ਹੁੰਦੀ ਆ ਨਹੀਂ ਨਹੀਂ ਲੜ ਗਈ ਨੀ ਹੋ ਗਈ ਪੂਰੀ ਕੱਢਦੇ ਕੱਢਦੇ ਥੱਲੇ ਤੱਕ ਕੱਢਦੀ ਯਾਰੀ ਛੱਡੀ ਨਾ ਝੂਠ ਜੀ ਆਪਣੀ ਸਾਨੂੰ ਟੇਢੀ ਕਰ ਆਦੀ ਹਾਂ ਚੱਲ ਚੱਲ ਚਲਾ ਚੱਲ ਹਲਕੀ ਹੈਗੀ ਚਲਾ ਟੇਢੀ ਕਰ ਆਪਣੀ ਸਾਨੂੰ ਯਾਰੀ ਚੂਲ ਨਾ ਵੜਦੀ ਸਿੱਧੀ ਸਿੱਧੀ ਚਲਾਈ ਦੀ ਹੁੰਦੀ ਯਾਰੀ ਇੰਨੀ ਟੇਢੀ ਕਿਹਨੂੰ ਕਰਦਾ ਫਿਰ ਟੇਢੀ ਕਰੀ ਜਾਂਦਾ ਆਰੀ ਨਿਕਲੀ ਨਹੀਂ ਹੈਗੀ ਤੇਰੀ ਉਹ ਸਿੱਧੀ ਚਲਾ ਆਰੀ ਤਾਂ ਹੀ ਗੱਬੇ 'ਤੇ ਰਹਿ ਜਾਂਦੀ ਝੂਠ ਹਾਂ ਤਾਂ ਚਲਾ ਸਿੱਧੀ ਬਸ 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 ਆ ਰਹੀਆਂ ਨਿਕਲੀਆਂ ਸਾਰਿਆਂ ਪੱਲਿਆਂ ਨੂੰ ਉਹ ਦਰਵਾਜ਼ੇ ਰਹਿ ਗਏ ਤਿੰਨ ਉਹਨੂੰ ਕੱਲ੍ਹ ਕੱਢੂੰਗੇ ਜਿਹੜੀਆਂ ਖਿੜਕੀਆਂ ਪਈਆਂ ਮੂਹਰੇ ਸਾਰੀਆਂ ਇਹਨੂੰ ਗਜ਼ਾਂ ਦਾ ਨਿਸ਼ਾਨ ਲੱਗ ਗਏ ਵਿਆ ਆਹ ਖਿੜਕੀਆਂ ਰਹਿ ਗਈਆਂ ਮੈਂ 6, 4, 10, 12 ਖਿੜਕੀਆਂ ਰਹਿ ਗਈਆਂ ਮੈਂ ਇਹਨੂੰ ਗਜ਼ਾਂ ਦਾ ਨਿਸ਼ਾਨ ਲਾਉਣੇ ਬਸ ਗਾਜ਼ਾ ਚੀਰ ਕੇ ਰੱਖੇ ਵਿਆ ਸਵੇਰ ਨੂੰ ਲਾ ਦੂੰਗੇ ਇਹਨਾਂ ਨੂੰ ਆਰੀਆਂ ਕੱਢਤੀਆਂ ਬਸ ਅਤੇ ਨਿਸ਼ਾਨ ਲਾ ਕੇ ਚੂਲਾਂ ਚਾਲਾਂ ਚੀਰ ਹੋ ਜਾਣੀਆਂ ਆਪਣੀਆਂ ਉਹਦੇ ਬਾਅਦ ਫਿਰ ਇਹਨਾਂ ਨੂੰ ਆਰੀਆਂ ਕੱਢ ਦੂੰਗੇ ਇਹਨਾਂ ਦੇ ਗਜ਼ ਵੀ ਚੀਰੇ ਵਿਆ
ਉਹ ਪੇਪਰ ਵਾਲੀ ਸਾਈਡ, ਉਹਨੂੰ ਵੀ ਨਾਲੇ ਨਿਸ਼ਾਨ ਲਾ ਲੈਣੇ ਗਾ ਜਾਂਦੇ। ਬਾਕੀ ਹੁਣ ਛੁੱਟੀ ਦਾ ਟਾਈਮ ਹੋ ਗਿਆ ਵਾ, ਚੱਲਦੇ ਆਪਾਂ ਅਤੇ ਕੱਲ੍ਹ ਨੂੰ ਦੇਖੂੰਗੇ ਆ ਕੇ। ਚੱਲੀਏ ਫਿਰ, ਉਹ ਕਿੱਥੇ ਜਾਂਦਾ? ਬੁਰਾ ਫਸ ਜਾਣਾ ਥੱਲੇ।